महेंद्र सिंह जी औजला 1000 रुपए स्पोर्ट्स क्लब नूं सेवा विच देंदे हन। सतगुरु सच्चे पातशाह चढ़दी कला चरखण नामदान बख्शिश करन। स्पोर्ट्स क्लब वालों महापुरखों वालों इन्हां गुरमुखां का बहुत बहुत धन्यवाद किया जाता है। जियो आया नूं अते इसे नाल ही जो शख्सियतां इस वेले साडे कोल पहुंचियां हन अपने साथियों समेत, उन्हां दे नां इस प्रकार हन जिथे महापुरख पहुंचे हन। सरदार संत बाबा सुलखण सिंह जी ਘੁੱਗਬੇੜ ਤੋਂ ਪਹੁੰਚੇ ਹਨ ਜੀਓ ਆਇਆਂ ਨੂੰ, ਮਾਸਟਰ ਸਰਬੰਸ ਸਿੰਘਪੁਰ ਤੋਂ ਸਰਦਾਰ ਦਲਜੀਤ ਸਿੰਘ ਜੀ ਨਿਊਜ਼ੀਲੈਂਡ ਨਿਵਾਸੀ ਦੇ ਪਿਤਾ ਸਰਦਾਰ ਗੁਰਦਿਆਲ ਸਿੰਘ ਜੀ, ਉਹਨਾਂ ਦੇ ਨਾਲ ਸੂਬੇਦਾਰ ਸਰਦਾਰ ਰੇਸ਼ਮ ਸਿੰਘ ਜੀ ਮੰਡ, ਸਰਦਾਰ ਸੁਖਮ ਸਿੰਘ ਜੀ ਪੱਡਾ ਖੀਰਾਂ ਵਾਲੀ ਤੋਂ, ਸਰਦਾਰ ਜਗੀਰ ਸਿੰਘ ਜੀ ਮਿਆਣੀ ਬਲਾਕ ਸੰਮਤੀ ਮੈਂਬਰ, ਸਰਦਾਰ ਹਰਨੇਕ ਸਿੰਘ ਜੀ ਸਾਬਕਾ ਚੇਅਰਮੈਨ ਘਣੀਏ ਕੇ, ਸਰਦਾਰ ਸੁਰਿੰਦਰ ਸਿੰਘ ਜੀ ਵਲੈਤੀਆ, ਸਰਦਾਰ ਗੁਰਮੀਤ ਸਿੰਘ ਜੀ ਵਲੈਤੀਆ ਪਹੁੰਚੇ ਹਨ। ਇਹਨਾਂ ਸਾਰੇ ਗੁਰਮੁਖਾਂ ਨੂੰ ਜੀ ਆਇਆਂ ਬਹੁਤ ਬਹੁਤ ਧੰਨਵਾਦ। ਅਗਲਾ ਪ੍ਰੋਗਰਾਮ ਜੋ ਹੈ ਉਹ ਮੈਦਾਨ ਦੇ ਵਿੱਚ ਜੋ ਕਮੈਂਟੇਟਰ ਹਨ ਉਹਨਾਂ ਦੇ ਕੋਲੋਂ ਸਰਵਣ ਕਰੋ ਕਿ ਕਿਸ ਕਿਸ ਦੇ ਮੈਚ ਕਿਸ ਕਿਸ ਵਕਤ 'ਤੇ ਹੋਣਗੇ। ਸੋ ਗੁਰੂ ਪਿਆਰੀ ਸਾਹਿਬ ਸੰਗਤ ਬਾਰ ਬਾਰ ਬੇਨਤੀ ਕੀਤੀ ਗਈ ਹੈ ਕਿ ਜੋ ਇਹ ਕਲੱਬਾਂ ਦੇ ਮੈਚ ਹਨ ਇਹਨਾਂ ਵਾਸਤੇ ਮਾਇਆ ਦੀ ਬਹੁਤ ਜ਼ਰੂਰਤ ਹੁੰਦੀ ਹੈ, ਇਸ ਕਰਕੇ ਵੱਧ ਤੋਂ ਵੱਧ ਮਾਇਆ ਜਿਹੜੀ ਹੈ ਉਹ ਥੱਲੇ ਸਰਦਾਰ ਮੱਖਣ ਸਿੰਘ ਜੀ ਸੈਕਟਰੀ ਜੋ ਕਲਾਦੇ ਹਨ ਉਹ ਥੱਲੇ ਬੈਠੇ ਹਨ, ਉਹ ਉਹਨਾਂ ਦੇ ਕੋਲ ਮਾਇਆ ਜਮ੍ਹਾਂ ਕਰਾ ਕੇ ਸੀਧ ਲੈ ਲਓ। ਪਿੰਡ ਸੁਰਖਪੁਰ ਤੋਂ ਲੰਗਰ ਦੀ ਸੇਵਾ ਅੱਜ ਦੇ ਦੀ, ਪਿੰਡ ਖੈੜਾ ਬੇਟ ਤੋਂ ਅੱਜ ਦੇ ਲੰਗਰ ਦੀ ਸੇਵਾ, ਪਿੰਡ ਉੱਚਾ ਮਹਿਰ ਵਿੱਚੋਂ ਲੰਗਰ ਦੀ ਸੇਵਾ, ਪਿੰਡ ਫੱਤੂ ਢੇਂਗੇ ਤੋਂ ਸਮੂਹ ਸੰਗਤ ਗ੍ਰਾਮ ਪੰਚਾਇਤ ਵੱਲੋਂ ਲੰਗਰ ਦੀ ਸੇਵਾ। ਲੰਗਰ ਪੱਕ ਕੇ ਗਰਾਊਂਡ ਦੇ ਵਿੱਚ ਪਹੁੰਚ ਗਿਆ ਹੈ, ਲੋੜਵੰਦ ਸਾਹਮਣੇ ਜਿੱਥੇ ਟਰਾਲੀਆਂ ਖੜੀਆਂ ਹਨ ਉੱਥੇ ਪਹੁੰਚ ਕੇ ਲੰਗਰ ਛਕ ਸਕਦੇ ਹਨ। ਸਰਦਾਰ ਹਰਨੇਕ ਸਿੰਘ ਜੀ ਔਜਲਾ ਚੇਅਰਮੈਨ ਸਾਹਿਬ ਘਣੀਏ ਕੇ ਤੋਂ 5000 ਰੁਪਇਆ ਕਲੱਬ ਨੂੰ ਦਿੰਦੇ ਹਨ, ਬਹੁਤ ਬਹੁਤ ਧੰਨਵਾਦ ਹੈ ਜੀ। ਜੀਓ ਆਇਆਂ ਵਾਹਿ ਸਰਦਾਰ ਕਿਰਪਾਲ ਸਿੰਘ ਜੀ ਆੜਤੀਆ ਘਣੀਏ ਕੇ ਤੋਂ ਜਿਨ੍ਹਾਂ ਦਾ ਬਹੁਤ ਯੋਗਦਾਨ ਹੈ, 10000 ਰੁਪਇਆ ਕਲੱਬ ਨੂੰ ਦਿੰਦੇ ਹਨ। ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ। ਖੈੜਾ ਬੇਟ ਤੋਂ ਸਰਪੰਚ ਸਰਦਾਰ ਦਿਲਬਾਗ ਸਿੰਘ ਸੰਗਤਾਂ ਦੇ ਨਾਲ ਪਹੁੰਚੇ ਹਨ, ਜੀ ਆਇਆਂ ਨੂੰ ਨਾਲ ਲੰਗਰ ਤਿਆਰ ਕਰ ਸੰਗਤਾਂ ਵਾਸਤੇ ਲਿਆਏ ਹਨ। ਫਰਾਂਸ ਤੋਂ ਬਾਜ ਸਿੰਘ ਦੇ ਧਰਮ ਪਤਨੀ ਇੱਥੇ ਪਹੁੰਚੇ ਹਨ, ਉਹਨਾਂ ਦਾ ਕਲੱਬ ਵੱਲੋਂ ਬਹੁਤ ਬਹੁਤ ਧੰਨਵਾਦ। ਜੀ ਆਇਆਂ ਨੂੰ ਅਗਲਾ ਪ੍ਰੋਗਰਾਮ ਜਿਹੜਾ ਹੈ ਉਹ ਗਰਾਊਂਡ ਦੇ ਵਿੱਚੋਂ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਸਾਰੀ ਸਾਧ ਸੰਗਤ ਦਾ ਛੇਵੀਂ ਪਾਤਸ਼ਾਹ ਮੀਰੀ ਪੀਰੀ ਦੇ ਬਾਨੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਚਰਨ ਛੂਹ ਧਰਤੀ ਗੁਰਦੁਆਰਾ ਗੁਰਸਰ ਔਰ ਨਗਰ ਵਿਭਾਗਾ ਹੈ ਸੈਫਲਾਬਾਦ, ਜਿੱਥੇ ਸੰਤਾਂ ਮਹਾਂਪੁਰਸ਼ਾਂ ਦੇ ਗੁਰੂਆਂ ਦੇ ਚਰਨ ਪਏ ਨੇ। ਸਭ ਤੋਂ ਪਹਿਲਾਂ ਸਾਰੀ ਸਾਧ ਸੰਗਤ ਨੂੰ ਮੈਂ ਅੱਜ 25 ਫਰਵਰੀ 2014 ਦਿਨ ਮੰਗਲਵਾਰ ਚੌਥੇ ਕਬੱਡੀ ਟੂਰਨਾਮੈਂਟ ਦੇ ਇੱਥੇ ਆਉਣ 'ਤੇ ਜੀਆਂ ਨੂੰ ਆਖਾਂਗਾ। ਸੰਤ ਬਾਬਾ ਲੀਡਰ ਸਿੰਘ ਜੀ, ਸੰਤ ਬਾਬਾ ਦਇਆ ਸਿੰਘ ਜੀ ਟਾਹਲੀ ਸਾਹਿਬ ਵਾਲੇ, ਸੰਤ ਬਾਬਾ ਅਮਰੀਕ ਸਿੰਘ ਜੀ ਔਰ ਸੰਤ ਬਾਬਾ ਸੁਖਚੈਨ ਸਿੰਘ ਜੀ ਆਈ ਹੋਈ ਸਾਧ ਸੰਗਤ ਨੂੰ ਜੀ ਆਇਆਂ ਨੂੰ ਆਖਦੇ ਹੋਏ 70 ਕਿਲੋ ਦਾ ਬਹੁਤ ਵਧੀਆ ਮੈਚ ਕਬੱਡੀ 70 ਕਿਲੋ ਦਾ ਫਾਈਨਲ ਮੈਚ ਹੋਵੇਗਾ। ਲੱਖਣ ਕੇ ਪੱਡੇ ਅਤੇ ਸੈਫਲਾਬਾਦ ਦੋਨਾਂ ਟੀਮਾਂ ਨੂੰ ਬੇਨਤੀ ਹੈ ਕਿ ਦੋਨੇ ਟੀਮਾਂ ਗਰਾਊਂਡ ਦੇ ਵਿੱਚ ਆ ਜਾਣਾ। 70 ਕਿਲੋ ਭਾਰ ਵਰਗ ਦਾ ਹੁਣ ਫਾਈਨਲ ਮੈਚ ਹੋਣ ਜਾ ਰਿਹਾ। ਸਾਡੇ ਵਿਚਕਾਰ ਸਾਡੇ ਦੋ ਕਲੱਬੀ ਕਬੱਡੀ ਕਲੱਬਾਂ ਦੇ ਕੋਚ ਸਾਹਿਬਾਨ ਪਹੁੰਚ ਚੁੱਕੇ ਨੇ, ਸਾਡੇ ਗੁਰਵਿੰਦਰ ਸਿੰਘ ਜੀ ਮੱਲੀ ਚੜ੍ਹਦੀ ਕਲਾ ਔਰ ਸਾਡੇ ਸਤਿਕਾਰਯੋਗ ਪਿਆਰੇ ਵੀਰ ਕਬੱਡੀ ਕੋਚ ਸੁੱਖਾ ਘੁੱਗਸ਼ੋਰ, ਉਹ ਵੀ ਆਪਣੀ ਟੀਮ ਦੇ ਨਾਲ ਪਹੁੰਚ ਚੁੱਕੇ ਨੇ। ਜਿਹੜੀ ਟੀਮ ਪਹਿਲਾਂ ਗਰਾਊਂਡ ਦੇ ਵਿੱਚ ਆਵੇਗੀ ਉਹਦੀ ਪਹਿਲੀ ਕਬੱਡੀ ਜਾਂ ਫਿਰ ਟਾਸ ਵਿਨਰ ਟੀਮ ਮੰਨੀ ਜਾਵੇਗੀ, ਜਿਹੜੀ ਵੀ ਟੀਮ ਪਹਿਲਾਂ ਗਰਾਊਂਡ ਦੇ ਵਿੱਚ ਆਵੇਗੀ। ਸਾਡੇ ਸਤਿਕਾਰਯੋਗ ਦਰ ਸੁਖਵੰਤ ਸਿੰਘ ਜੀ ਪੱਡਾ ਖੀਰਾਂ ਵਾਲੇ, ਜਿਹੜੇ ਕਿ ਮਹਾਨ ਪ੍ਰਮੋਟਰ ਨੇ,
और समाज सेवा दे विच बहुत बड़ा मान है साडे विचकार पहुंचे हुए ने। मेरी जिंदगी दी प्यारी शख्सियत सरदार हरनेक सिंह जी औजला साबका चेयरमैन मार्केट कमेटी टिलमा भी साडे विचकार पहुंचे हुए ने। स्वागत है जी आयां नूं। सरदार जसविंदर सिंह जी संधू SHO थाना फत्तू टेंगा अपने समय के महान खिलाड़ी अज पंजाब पुलिस विच बहुत वड्डी देन है वह भी साडे विचकार पहुंचे हुए ने। जी आयां नूं समुचे इलाके के समुचे नगर के समुचे NRI वीरां दे वड्डे सहयोग नाल अज चौथे साल दे विच महाराज की कृपा दे नाल ये खेड मेला पहुंचिया। चारे पासे रंग बिरंगी दस्तारां विच रंग बिरंगे दुपट्टे में साड़ियां पैना साड़ियां बीबियां साड़ियां बच्चियां पहुंचिया हुई ने। और इस वेले जिहड़ी ग्राउंड खाली दिस रही है बेनती करा दोनों टीमों नूं सैफलाबाद ते लखन के पड्डे ये दोनों टीम ग्राउंड दे आ जाण तां मेहरबानी होवेगी। कबड्डी का 70 किलो का हुण फाइनल मैच जिहड़ा वो करवाया जाएगा। भाई साढ़े जिंदर विरकत गोपी गुरप्रीत सिंह जी गोपी साढ़े क्लब के प्रधान ने उन्होंने वालों बेनती की जी टीम पहला पहुंचेगी वो टास विनर होगी। दोनों टीमों को बेनती है जिन्होंने कल भी बहुत वधिया खेड दिखा के दोनों टीम फाइनल पहुंचिया सन। सो अज दोनों टीमों का फाइनल मैच होगा। साढ़े ऑफिशियल सरदार बलकीर सिंह जी अमनदीप सिंह जी और राजू जी प्रवेश नगर वाले बिल्कुल तैयार ने और ग्राउंड इस वे खिलाड़ी जेडे वो इंतजार करते हैं दर्शक खिलाड़ियों का। सो अज विभागा दिन है जिथे बहुत वड्डिया पंजाब दिया नामवर 6 क्लबों के मैच हो जा रहे हैं। पहला इनाम 71,000 रुपया होगा, दूजा इनाम 51,000 रुपया होगा और दुनिया भर के महान कबड्डी प्रमोटर में इस नगर का बड़ा नाम है। सह हेलो हेलो मैं बेनती करा फिर 70 किलो की दोनों टीमों को बेनती भी ग्राउंड के आ जाए। 70 किलो टीम के खिलाड़ी मैं बेनती करा दोनों टीम फाइनल दिया ग्राउंड के आ जाए। संत महापुरश बाबा लीडर सिंह जी जिन्हों की योग अगवाई हेठ